ਇੱਕ ਨੌਜਵਾਨ ਜਿਹੜਾ ਕਿ ਸਿੱਖਾਂ ਨੂੰ ਸਿੱਖੀ ਨਾਲ ਜੋੜ ਰਿਹਾ ਸੀ, ਨੌਜਵਾਨ ਪੀੜ੍ਹੀ ਨੂੰ ਦਸਤਾਰ ਸਿਖਲਾਈ ਦਿੰਦਾ ਸੀ ਅਤੇ ਉਹਨਾਂ ਨੂੰ ਵੀ ਚੰਗੀ ਸਿੱਖਿਆ ਦਿੰਦਾ ਸੀ। ਬੇਸ਼ੱਕ ਉਹ ਆਪਣਾ ਕੰਮ ਵੀ ਦਸਤਾਰ ਦੇ ਵਿੱਚੋਂ ਹੀ ਕਰਦਾ ਸੀ, ਪਰ ਉਸਨੇ ਫ੍ਰੀ ਕੈਂਪ ਲਗਾਉਣੇ ਸ਼ੁਰੂ ਕੀਤੇ ਅਤੇ ਕੈਂਪ ਲਗਾਉਂਦੇ ਹੋਏ ਉਸਨੇ ਸੋਚਿਆ ਕਿ ਕਿਉਂ ਨਾ ਇੱਕ ਵਰਲਡ ਟੂਰ ਲਗਾ ਕੇ ਸਿੱਖਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ, ਜਿਸ ਦੇ ਚੱਲਦਿਆਂ ਉਸਨੇ ਦਸਤਾਰੇ ਖਾਲਸਾ ਟੂਰ ਦਾ ਪ੍ਰੋਗਰਾਮ ਬਣਾਇਆ ਅਤੇ ਵਰਲਡ ਟੂਰ 'ਤੇ ਲੰਘ ਗਿਆ, ਜਿਸ ਦੇ ਚੱਲਦਿਆਂ ਉਸਨੇ ਹਾਲੇ ਕਿ 2 ਮਹੀਨੇ ਪਹਿਲਾਂ ਹੀ ਉਹ ਟੂਰ ਸ਼ੁਰੂ ਕੀਤਾ ਸੀ ਅਤੇ ਲੋਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ। ਪਰ ਅਚਾਨਕ ਉੱਥੇ ਜਾ ਕੇ ਸਿਹਤ ਵਿਗੜ ਜਾਂਦੀ ਹੈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਤਾਂ ਨਾ ਪੂਰਾ ਹੋਣ ਵਾਲਾ ਘਾਟਾ ਜਿੱਥੇ ਉਹਦੇ ਪਰਿਵਾਰ ਨੂੰ ਪਿਆ, ਉੱਥੇ ਹੀ ਪੂਰੇ ਪਿੰਡ ਨੂੰ ਪਿਆ ਹੈ, ਕਿਉਂਕਿ ਇੱਕ ਮੁੰਡਾ ਅਜਿਹਾ ਜਿਸਨੇ ਸਾਰੇ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ, ਨੌਜਵਾਨ ਪੀੜ੍ਹੀ ਨੂੰ ਦਸਤਾਰ ਸਿਖਾਈ ਅਤੇ ਇੱਕ ਵਧੀਆ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਹ ਨੌਜਵਾਨ ਸਾਡੇ ਵਿੱਚ ਨਹੀਂ ਰਿਹਾ ਅਤੇ ਬੀਤੀ 23 ਜੁਲਾਈ ਨੂੰ ਅਜਿਹਾ ਮੰਦਭਾਗਾ ਦਿਨ ਆਇਆ ਜਦੋਂ ਉਹ ਨੌਜਵਾਨ ਸਾਡੀ ਅੱਖੋਂ ਓਹਲੇ ਹੋ ਗਿਆ ਅਤੇ ਅੱਜ ਉਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਨਮ ਅੱਖਾਂ ਦੇ ਨਾਲ ਉਸਨੂੰ ਵਿਦਾਈ ਦਿੱਤੀ ਗਈ। ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰ ਰੋ ਰੋ ਕੇ ਬਿਹਾਲ ਨੇ, ਪੂਰਾ ਪਿੰਡ ਪੂਰਾ ਸ਼ਹਿਰ ਹੀ ਉਸ ਨੌਜਵਾਨ ਦੇ ਜਾਣ ਤੇ ਸੋਗ ਮਨਾ ਰਿਹਾ ਹੈ। ਔਰ ਖਾਲਸਾ ਵਾਲੀ ਫਤਿਹ, ਭਾਣਾ ਬੜਾ ਨਾਮ ਮੰਨਣ ਵਾਲਾ ਭਾਣਾ ਹੈ ਇਹ ਬੱਚਾ ਸਾਡੇ ਪਿੰਡੋਂ ਗੁਰਚਰਨ ਸਿੰਘ ਜੀ, ਜਿਹੜਾ ਬਚਪਨ ਤੋਂ ਇੱਥੇ ਬੜਾ ਗਰੀਬੀ ਨਾਲ ਹੰਢਾਇਆ ਔਰ ਮਾਂ ਨੇ ਬੜਾ ਸੱਦ ਕਰਕੇ ਬੜੀ ਮਿਹਨਤ ਕਰਕੇ ਇਹਨੂੰ ਬੱਚੇ ਨੂੰ ਨਗਰ ਨੇ ਪਾਲਿਆ। ਅੱਜ ਉਸਦੀ ਜਿਹੜੀ ਸੋਚ ਸੀ ਉਹ ਇੱਕ ਸਿੱਖ ਨੂੰ ਧਰਮ ਨੂੰ ਪ੍ਰਫੁੱਲਿਤ ਕਰਨ ਵਾਸਤੇ ਸੀ ਔਰ ਉਹ ਸਿੱਖ ਧਰਮ ਦੇ ਬੁਲਾਰਾ ਬਣ ਕੇ ਉੱਭਰ ਰਿਹਾ ਸੀ। ਔਰ ਇੱਕ ਸਭ ਤੋਂ ਵੱਡੀ ਗੱਲ, ਜਿਹੜੀ ਦਸਤਾਰ ਅੱਜ ਆਪਣੇ ਦੇਸ਼ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚੋਂ ਗਾਇਬ ਹੋ ਰਹੀ ਹੈ, ਉਹ ਦਸਤਾਰ ਅਤੇ ਦਮਾਲਿਆਂ ਦਾ ਬੜਾ ਉਹਨੂੰ ਸ਼ੌਂਕ ਸੀ। ਉਹਨੇ ਦਮਾਲੇ ਸਜਾਉਣ ਦਾ, ਦਸਤਾਰ ਸਜਾਉਣ ਦਾ ਬੜਾ ਇੱਕ ਤਹੀਆ ਕੀਤਾ ਸੀ। ਬੜੇ ਬੱਚਿਆਂ ਨੂੰ ਉਹਨੇ ਦਸਤਾਰਾਂ ਸਜਾਈਆਂ, ਬੜਾ ਦਮਾਲੇ ਸਜਾਏ, ਬੜਾ ਸਿਖਾਇਆ, ਟ੍ਰੇਨਿੰਗ ਦਿੱਤੀਆਂ ਔਰ ਸਿੱਖੀ ਦੇ ਪ੍ਰਚਾਰ ਅਤੇ ਦਮਾਲੇ ਦੇ ਦਸਤਾਰ ਦੇ ਸਿਖਾਉਣ ਵਾਸਤੇ ਔਰ ਇਹਨੂੰ ਅੱਗੇ ਵਧਾਉਣ ਵਾਸਤੇ ਉਹ ਵਰਲਡ ਟੂਰ ਦੇ ਅੱਜ ਲਗਭਗ 2 ਮਹੀਨੇ ਪਹਿਲਾਂ ਆਪਣੀ ਮਾਤਾ ਨੂੰ ਲੈ ਕੇ ਨਾਲ ਨਿਕਲਿਆ ਸੀ। ਵੱਖ ਵੱਖ ਕੰਟਰੀ ਦਾ ਹੁੰਦਾ ਹੋਇਆ ਉਹ ਫਿਲੀਪੀਨ ਦੇ ਵਿੱਚ ਪਹੁੰਚਿਆ ਸੀ ਔਰ 22 ਜੁਲਾਈ ਜਿਹੜੀ ਸ਼ਾਮ ਐਸੀ ਆਈ ਉਹਨੂੰ ਮਾੜੀ ਮੋਟੀ ਸਿਹਤ ਦੇ ਵਿੱਚ ਪ੍ਰੋਬਲਮ ਆਈ। ਉਸ ਨੂੰ ਲੈ ਕੇ ਉੱਥੋਂ ਦੀ ਸੰਗਤ ਨੇ ਹਸਪਤਾਲ ਲੈ ਕੇ ਟੈਸਟ ਵਗੈਰਾ ਕਰਾਏ, ਉੱਥੇ ਪਤਾ ਲੱਗਿਆ ਕਿ ਨੋਰਮਲ ਆ ਕੇ ਕੋਈ ਦਿੱਕਤ ਹੈ ਨਹੀਂ ਸੀ। ਇਸ ਕਰਕੇ ਉਹਨੂੰ ਸ਼ਾਮ ਨੂੰ ਘਰਾਂ ਭੇਜ ਦਿੱਤਾ। ਅਗਲੇ ਹੀ ਕੰਟਰੀ ਵਾਸਤੇ ਫਲੈਟ ਸੀ, ਉਹਨਾਂ ਨੇ ਉਹ ਕੈਂਸਲ ਕੀਤੀ। ਸਵੇਰੇ 5 ਵਜੇ ਫਿਰ ਕਿਤੇ ਉਹਨੂੰ ਲਗਭਗ ਪ੍ਰੋਬਲਮ ਆ ਗਈ ਬਾਥਰੂਮ 'ਚ ਨਹਾਉਂਦਿਆਂ ਨੂੰ, ਇਸ਼ਨਾਨ ਕਰਦਿਆਂ ਨੂੰ। ਇਮੀਡੀਏਟਲੀ ਜਿਹੜਾ ਉੱਥੇ ਪ੍ਰਬੰਧਕ ਸੀ ਉਹਨੂੰ ਲੈ ਕੇ ਫਿਰ ਹੋਸਪਿਟਲ ਪਹੁੰਚੇ। ਉੱਥੇ ਜਿਹੜੇ ਜਾਂਦੇ ਸਾਰੇ ਪਲਸ ਜਿਹੜੀ ਉਹ ਬਹੁਤ ਦੱਬ ਗਈ ਸੀ, ਪਤਾ ਲੱਗੇ 30 ਤੇ ਰਹਿ ਗਈ ਸੀ। ਇਸ ਕਰਕੇ 1.5-2 ਘੰਟੇ 'ਚ ਉਹਨਾਂ ਨੇ ਜਦੋਂ ਜਿਹਾ ਡਾਕਟਰਾਂ ਨੇ ਕੀਤੀ ਪਰ ਉਹਨਾਂ ਦੇ ਵਿੱਚ ਉਹਨੂੰ ਕੋਈ ਰਿਜ਼ਲਟ ਨਾ ਮਿਲਿਆ। ਆਖਿਰਕਾਰ 1.5-2 ਘੰਟੇ ਮੈਨੂੰ ਇੱਕ ਅਟੈਕ ਆਇਆ, ਜਿਹਨੂੰ ਆਪਾਂ ਹਾਰਟ ਅਟੈਕ ਕਹਿੰਦੇ ਹਾਂ। ਉਹਦੇ ਵਿੱਚ ਸਾਡੇ ਨਾਲ ਹਸਪਤਾਲ ਵਿਛੜ ਗਿਆ, ਉਹਦੇ ਵਿੱਚ ਮੌਤ ਹੋ ਗਈ। ਔਰ ਸਾਨੂੰ ਜਦੋਂ ਉਸ ਟਾਈਮ ਪਤਾ ਲੱਗਿਆ 23 ਜੁਲਾਈ ਨੂੰ ਇੱਕ ਨਗਰ ਦੇ ਵਿੱਚ ਇਲਾਕੇ ਦੇ 'ਚ ਸਨਾਟਾ ਛਾ ਗਿਆ, ਸੋਗ ਦੀ ਲਹਿਰ ਦੌੜ ਪਈ, ਉਹ ਕਿਹੜੀ ਅੱਖ ਜਿਹੜੀ ਸਿੱਜਲ ਨਹੀਂ ਹੋਈ। ਔਰ ਮੈਨੂੰ 11 ਵਜੇ ਲਗਭਗ ਇਹਨਾਂ ਦਾ ਫੋਨ ਟਰੇਸ ਹੋਇਆ ਉੱਥੇ ਦੀ ਧਰਤੀ ਦਾ, ਵਿਦੇਸ਼ ਦਾ। ਮੈਂ ਫੋਨ ਕੀਤਾ, ਉੱਥੋਂ ਦੇ ਪ੍ਰਬੰਧਕ ਨੇ ਸਾਰਾ ਇਸ ਤਰ੍ਹਾਂ ਦੱਸਿਆ ਬਾਲਾ ਤਾਪ, ਬੜਾ ਦੁੱਖ ਹੋਇਆ। ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਨਗਰ ਵੱਲੋਂ ਕੋਈ ਸੰਗਤ ਵੱਲੋਂ ਸਾਡੇ ਵੱਲੋਂ ਕੋਈ ਤੁਹਾਨੂੰ ਸੇਵਾ ਭੇਜੀਏ, ਫੰਡ ਭੇਜੀਏ, ਕੋਈ ਸੰਗਤ ਭੇਜੀਏ ਜਿਹੜਾ ਪ੍ਰਬੰਧ ਕਰਨ ਵਾਸਤੇ। ਪਰ ਮੈਂ ਉਸ ਪ੍ਰਬੰਧਕਾਂ ਨੂੰ ਸਲੂਟ ਕਰਦਾ, ਵਧਾਈ ਦੇਣਾ, ਧੰਨਵਾਦ ਕਰਦਾ ਉਹਨਾਂ ਦਾ। ਉਹਨਾਂ ਨੇ ਇੱਕ ਐਸਾ ਦੱਸਿਆ, ਮੈਂ ਕਹਿੰਦੇ ਜੀ ਸਾਡਾ ਇੱਥੇ ਤਾਂ ਜ਼ਿੰਮੇਵਾਰੀ ਬਣਦੀ ਹੈ, ਇੱਥੇ ਸਾਡੇ ਪ੍ਰਬੰਧ ਅਸੀਂ ਕਰਾਂਗੇ, ਤੁਹਾਡਾ ਅੰਮ੍ਰਿਤਾ ਦਾ ਹੀ ਡੈੱਡ ਬੋਡੀ ਪਹੁੰਚਾਉਣ ਦਾ ਪ੍ਰਬੰਧ ਸਾਡਾ ਹੋਊਗਾ।
ਅੱਜ 16 ਦਿਨ ਲਗਭਗ ਹੋ ਗਏ ਨੇ, ਉੱਥੇ ਦੀ ਸੰਗਤ ਨੇ, ਉੱਥੇ ਦੇ ਪਰਿਵਾਰ ਨੇ ਮਾਤਾ ਨੂੰ ਵੀ ਸਾਂਭਿਆ, ਡੈਡ ਬੋਡੀ ਨੂੰ ਵੀ ਸਾਂਭਿਆ, ਜਿਹੜਾ ਅੱਜ ਆ ਕੇ ਅੰਮ੍ਰਿਤਸਰ ਤੋਂ ਹੀ ਕਰਕੇ ਰਿਸੀਵ ਕਰਕੇ ਲਿਆਂਦੀ ਹੈ। ਅੱਜ ਅਸੀਂ ਹੁਣੇ ਹੁਣੇ ਸੰਸਕਾਰ ਕਰਕੇ ਆਏ ਹਾਂ, ਇਹ ਭਾਣਾ ਜਿਹੜਾ ਨਾ ਮੰਨਣ ਯੋਗ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।